हाँ लेकर आऊंगा। ऑल राइट। ਲੈ ਬਈ ਮਿੱਤਰੋ, ਤੁਸੀਂ ਮੇਰੇ ਮਗਰ ਵੇਚ ਦਿਓ, ਪੂਰੀ ਚੜ੍ਹਦੀ ਕਲਾ ਵਾਲੇ ਆਏ ਆ ਵੀਰ। ਅਤੇ ਮਿੱਤਰੋ ਗੁੱਲੀ ਡੰਡਾ ਹੁਣ ਸਿੱਧਾ ਕੰਧ 'ਤੇ ਟੰਗ ਤਾ ਵਾ ਲਿਆ ਕੇ। ਲਓ ਜ਼ਿਆਦਾ ਲੈ ਕੇ ਆਓ ਜ਼ਰਾ। ਮਹਿਮਾਨਾਂ ਦੀ ਤਰ੍ਹਾਂ ਜਾਵਾਂਗੇ, ਖਰਚਾ ਭਾਵੇਂ ਆਪਾਂ ਕੋਲੋਂ ਕਰੀਏ। ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਦੋਸਤਾਂ ਨੂੰ, ਨਵਨਤੂੰ ਨਵ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਜੀ। ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅਤੇ ਮੈਂ ਤੁਹਾਡਾ ਪਿਆਰਾ ਦੋਸਤ ਇੱਕ ਵਾਰ ਫਿਰ ਤੋਂ ਹਾਜ਼ਰ ਇੱਕ ਨਵੇਂ ਵਲੌਗ ਦੇ ਨਾਲ। ਅਤੇ ਜਿਵੇਂ ਕਿ ਅੱਜ ਆਪਾਂ ਜਾ ਰਹੇ ਹਾਂ ਜੰਡਿਆਲਾ ਗੁਰੂ ਹਵੇਲੀ ਜਾ ਰਹੇ ਹਾਂ, ਅਤੇ ਉੱਥੇ ਆਪਾਂ ਤੁਹਾਨੂੰ ਸਾਰਾ ਵਿਊ ਵਿਖਾਵਾਂਗੇ ਹਵੇਲੀ ਦਾ, ਜਿੰਨਾ ਵੀ ਘੈਂਟ ਘੈਂਟ ਵਿਊ ਆ ਉੱਥੋਂ ਦਾ ਸਾਰਾ ਵਿਖਾਵਾਂਗੇ। ਬਣੇ ਰਹੋ ਵੀਡੀਓ ਦੇ ਨਾਲ ਐਂਡ ਤੱਕ, ਅਤੇ ਜਿਹੜੇ ਵੀ ਨਵੇਂ ਚੈਨਲ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ, ਨਾਲ ਹੀ ਬੈਲ ਆਈਕਨ ਦਬਾ ਕੇ ਆਲ 'ਤੇ ਕਲਿੱਕ ਕਰ ਲੈਣ ਤਾਂ ਕਿ ਸਾਡੀ ਹਰ ਵੀਡੀਓ ਦੀ ਅਪਡੇਟ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ, ਅਤੇ ਤੁਸੀਂ ਸਾਡੀ ਵੀਡੀਓ ਨੂੰ ਜ਼ਿਆਦਾ ਜ਼ਿਆਦਾ ਪਿਆਰ ਦੇ ਸਕੋ। ਹਵੇਲੀ ਵਾਲੇ ਵਲੌਗ ਤਾਂ ਤੁਸੀਂ ਬਹੁਤ ਵੀ ਪਹਿਲਾਂ ਵੇਖੇ ਹੋਊਗੇ, ਅਤੇ ਆਪਾਂ ਅੱਜ ਕੁਝ ਅਲੱਗ ਕਰਨ ਜਾ ਰਹੇ ਹਾਂ। ਮਤਲਬ ਆਪਾਂ ਕਿਸੇ ਦੇ ਘਰ ਮਹਿਮਾਨ ਬਣ ਕੇ ਜਾਈਦਾ ਵਾ, ਜਿਵੇਂ ਉੱਥੇ ਖਾਣ ਪੀਣ ਨੂੰ ਹੁੰਦਾ ਵਾ, ਅਤੇ ਉਸੇ ਤਰ੍ਹਾਂ ਹੀ ਆਪਾਂ ਉੱਥੇ ਜਾਵਾਂਗੇ। ਜਿਵੇਂ ਪਹਿਲਾਂ ਚਾਹ ਪਾਣੀ, ਕੋਲਡ ਡਰਿੰਕ ਵਗੈਰਾ ਸਾਰਾ ਕੁਝ ਆਪਾਂ ਟਰਾਈ ਕਰਾਂਗੇ, ਅਤੇ ਨਾਲ ਹੀ ਹਵੇਲੀ ਦਾ ਫੂਡ ਵਗੈਰਾ ਸਾਰਾ ਟਰਾਈ ਕਰਾਂਗੇ, ਕੀ ਪ੍ਰਾਈਜ਼ ਵਗੈਰਾ ਵਾ, ਫੂਡ ਮਹਿੰਗਾ ਵਾ ਸਸਤਾ ਵਾ, ਸਾਰੀ ਇਨਫੋਰਮੇਸ਼ਨ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ। ਆਪਾਂ ਵਲੌਗ ਜ਼ਿਆਦਾ ਲੰਬਾ ਨਹੀਂ ਲੈ ਕੇ ਆਉਣਾ, ਆਪਾਂ ਆਪਣਾ ਟਾਰਗੇਟ ਹੀ ਪੂਰਾ ਕਰਨਾ, ਜਿਵੇਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਵਲੌਗ ਲੈ ਕੇ ਆਉਂਦੇ ਹੀ ਰਵਾਂਗੇ। ਇਹ ਆਪਣਾ ਲਗਾਤਾਰ ਤੀਸਰਾ ਵਲੌਗ ਆ, ਘੈਂਟ ਘੈਂਟ ਵਲੌਗ ਆਉਂਦਾ ਪਏ ਆ। ਜਿਹੜੇ ਵੀਰਾਂ ਨੇ ਮੈਨੂੰ ਇੰਸਟਾਗ੍ਰਾਮ ਫੇਸਬੁੱਕ 'ਤੇ ਫੋਲੋ ਨਹੀਂ ਕੀਤਾ, ਮੈਨੂੰ ਫੋਲੋ ਕਰ ਲੈਣ। ਵੀਡੀਓ ਚੰਗੀ ਲੱਗੇ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਸੀਂ ਹੋਰ ਘੈਂਟ ਘੈਂਟ ਵਲੌਗ ਵੇਖ ਸਕੋ। ਮਿਲਦੇ ਹਾਂ ਹੁਣ ਆਪਾਂ ਤੁਹਾਨੂੰ ਰਸਤੇ ਦੇ ਵਿੱਚ, ਨਾਲ ਦੀ ਨਾਲ ਤੁਹਾਨੂੰ ਰਸਤੇ ਦਾ ਵਿਊ ਵਿਖਾਵਾਂਗੇ, ਅਤੇ ਜੋ ਵੀ ਉੱਥੇ ਖਰਚਾ ਵਰਚਾ ਜਿੰਨਾ ਵੀ ਆਇਆ ਤੁਹਾਨੂੰ ਸਾਰੀ ਡਿਟੇਲ ਐਂਡ 'ਤੇ ਵੀਡੀਓ ਦੇ ਵਿੱਚ ਦੱਸਾਂਗੇ। ਬਣੇ ਰਹੋ ਵੀਡੀਓ ਦੇ ਨਾਲ ਐਂਡ ਤੱਕ। ਹੋਰ ਠੀਕ ਠਾਕ ਜੀ, ਤੁਸੀਂ ਤਾਜ਼ਾ ਜੀ? ਫਾਈਨਲੀ ਫਰੈਂਡਸ ਪਹੁੰਚ ਚੁੱਕੇ ਆ ਹਵੇਲੀ, ਅਤੇ ਇੱਥੇ ਆਪਾਂ ਤੁਹਾਨੂੰ ਸਾਰਾ ਵਿਊ ਵਿਖਾਉਣੇ ਆ ਅੰਦਰ ਦਾ, ਜੋ ਵੀ ਕੁਝ ਖਾਣ ਪੀਣ ਨੂੰ ਆ। ਅਤੇ ਸਭ ਤੋਂ ਪਹਿਲਾਂ ਹੀ ਚੱਲੇ ਆ ਵਾਸ਼ਰੂਮ, ਵਾਸ਼ਰੂਮ ਜਾ ਕੇ ਇੱਕ ਵਾਰੀ ਤੁਹਾਨੂੰ ਵਾਸ਼ਰੂਮ ਵੀ ਵਿਖਾਵਾਂਗੇ ਹਵੇਲੀ ਦਾ, ਕਿ ਚੰਗਾ ਵਾ ਕਿ ਮਾੜਾ ਉਹ ਵੀ ਤੁਹਾਨੂੰ ਵਿਖਾਵਾਂਗੇ। ਅਤੇ ਬਾਕੀ ਖਾਣੇ ਪੀਣੇ ਆ, ਜੋ ਵੀ ਖਾਵਾਂ ਪੀਵਾਂਗੇ ਤੁਹਾਨੂੰ ਸਾਰਾ ਵਿਊ ਇਸ ਵੀਡੀਓ ਦੇ ਵਿੱਚ ਵਿਖਾਵਾਂਗੇ। ਅਤੇ ਮਿਲਦੇ ਹਾਂ ਆਪਾਂ ਥੋੜ੍ਹੀ ਦੇਰ ਬਾਅਦ। ਬਾਕੀ ਮਿੱਤਰੋ ਵਾਸ਼ਰੂਮ ਘੈਂਟ ਆ ਇਹਨਾਂ ਦਾ, ਨਾਲੇ ਠੰਡਾ ਵੀ ਆ, ਏ ਸੀ ਵਗੈਰਾ ਲੱਗਾ ਆ, ਅਤੇ ਇਹ ਤਾਂ ਬਾਹਰੋਂ ਠੰਡ ਜੀ ਵੀ ਨਾਲੇ ਪੈ ਗਈ, ਅੰਦਰ ਆਏ ਹਾਂ ਅਤੇ ਲੈ ਮਨਪ੍ਰੀਤ ਆ ਤਾਂ ਸਿਖਾਉਂਦਾ ਆ ਗਰਮੀ 'ਚ। ਮਿੱਤਰੋ ਵੱਧਦੇ ਹਾਂ ਅੱਗੇ, ਬਾਹਰ ਜਾ ਕੇ ਬਹਿਣੇ ਕੀ ਮਾਹੌਲ ਚਾਲ ਆ, ਘੈਂਟ ਆ ਪੂਰਾ ਮਾਹੌਲ ਚਾਲ, ਅਤੇ ਨਜ਼ਾਰੇ ਲੱਗੇ ਪਏ ਆ। ਬਸ ਜਿਹੜੀ ਗਰਮੀ ਜ਼ਿਆਦਾ ਵਾ ਉਹਦਾ ਕਰਕੇ ਥੋੜ੍ਹਾ ਜਿਹਾ ਮੂਡ ਖਰਾਬ ਹੁੰਦਾ ਵਾ, ਅਤੇ ਬਾਕੀ ਫੋਟੋਆਂ ਬਹੁਤ ਖਿੱਚਣ ਨੂੰ, ਲੋਕੇਸ਼ਨ ਘੈਂਟ ਆ ਇੱਥੇ, ਵਧੀਆ ਵਾ ਨਜ਼ਾਰੇ ਆ ਰਿਹਾ, ਨਜ਼ਾਰੇ ਜਾ ਰਹੇ ਆ, ਅਤੇ ਵਧੀਆ ਸਿਨਰੀਆਂ ਵਗੈਰਾ ਲੱਗੀਆਂ ਵਾ ਘੈਂਟ ਘੈਂਟ। ਬਾਕੀ ਜਿੰਨੇ ਫੋਟੋਆਂ ਖਿੱਚਣੀਆਂ ਵਾ, ਇੰਜੋਇਮੈਂਟ ਕਰਨਾ ਵਾ, ਉਹ ਨਾ ਗਰਮੀ ਦੇਖਦਾ ਵਾ ਨਾ ਸਰਦੀ ਵੇਖਦਾ ਵਾ, ਉਹ ਪਹੁੰਚ ਹੀ ਜਾਂਦਾ ਆ। ਬਾਕੀ ਫਰੈਂਡਸ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਕਿ ਮਹਿਮਾਨਾਂ ਦੀ ਤਰ੍ਹਾਂ ਆਪਾਂ ਜਾਵਾਂਗੇ, ਅਤੇ ਭਾਵੇਂ ਪੈਸੇ ਕੋਲੋਂ ਹੀ ਖਰਚੀਏ,
ਸਟਾਰਟਿੰਗ 'ਚ ਆਉਂਦੇ ਹਾਂ, ਕੋਲਡ ਡਰਿੰਕ ਤੋਂ ਸ਼ੁਰੂਆਤ ਹੁੰਦੀ ਆ ਅਤੇ ਆਪਾਂ ਕੋਲਡ ਡਰਿੰਕ ਤੋਂ ਸ਼ੁਰੂਆਤ ਕੀਤੀ ਆ, ਕੋਕ ਪੀ ਰਹੇ ਹਾਂ ਅਤੇ ਬਾਕੀ ਚਾਹ ਚੂ ਆਪਾਂ ਅੰਦਰ ਜਾ ਕੇ ਪੀਵਾਂਗੇ ਅਤੇ ਫਿਲਹਾਲ ਇੱਥੇ ਘੁੰਮ ਫਿਰ ਲਈ ਉਹਨਾਂ ਚਿਰ, ਅਤੇ ਇੱਥੋਂ ਅੰਦਰ ਦਾ ਵਿਊ ਤੁਹਾਨੂੰ ਇੱਕ ਵਾਰ ਵਿਖਾਉਣਾ ਵਾ ਮੈਂ। ਕਾਲੀ ਤੇਰੀ ਗੁੱਤ ਅਤੇ ਪਰਾਂਦਾ ਤੇਰਾ ਲਾਲ ਨੀ, ਰੂਪ ਦੀ ਇਹ ਰਾਣੀ ਹੈ ਪਰਾਂਦੇ ਨੂੰ ਸੰਭਾਲਣੀ। ਪਰਾਂਦੇ ਟੰਗੇ ਆ ਅਤੇ ਨਾਲ ਦੀ ਨਾਲ ਜਿਵੇਂ ਨਾ ਪਹਿਲਾਂ ਦੇਗਾਂ ਦੇ ਵਿੱਚ ਦਾਲ ਸਬਜ਼ੀ ਕੁਝ ਵੀ ਚੌਲ ਇੱਦਾਂ ਦਾ ਕੁਝ ਨਾ ਇੱਦਾਂ ਮਤਲਬ ਬਣਾਉਂਦੇ ਸੀ। ਬਾਕੀ ਆ ਛੱਜ ਵਗੈਰਾ ਟੰਗੇ ਆ ਜਿਵੇਂ ਸਜਾਵਟ ਕੀਤੀ ਜਾਂਦੀ, ਪਹਿਲਾਂ ਛੱਜ ਛੁੱਜ ਟੰਗੇ ਆ, ਪੂਰੀ ਐਂਡ ਕਰਾਈ ਆ ਲਾਈਟਾਂ ਲੂਟਾਂ ਲਾ ਕੇ। ਅਤੇ ਮਿੱਤਰੋ ਗੁੱਲੀ ਡੰਡਾ ਹੁਣ ਸਿੱਧਾ ਕੰਧ 'ਤੇ ਟੰਗਤਾ ਵਾ ਲਿਆ ਕੇ, ਖੇਡਦਾ ਤਾਂ ਕੋਈ ਹੈ ਨਹੀਂ ਆ। ਅਤੇ ਜਿਵੇਂ ਆ ਪੁਰਾਣੇ ਪੱਖੇ ਲੱਗੇ ਆ, ਬਹੁਤ ਘੈਂਟ ਸਿਸਟਮ ਤਿਆਰ ਕੀਤਾ ਵਾ। ਅਤੇ ਹੁਣ ਆਪਾਂ ਵੱਧਦੇ ਹਾਂ ਅੱਗੇ, ਅੱਗੇ ਦਾ ਵਿਊ ਵਿਖਾਉਂਦੇ ਹਾਂ ਤੁਹਾਨੂੰ। ਜਿਵੇਂ ਮਿੱਤਰੋ ਇੱਥੋਂ ਸ਼ੋਪਸ ਵਗੈਰਾ ਸ਼ੁਰੂ ਹੋ ਜਾਂਦੀਆਂ ਵਾ, ਜਿਵੇਂ ਕੋਕ ਵਾਲੀ ਦੁਕਾਨ ਵੱਖਰੀ ਆ, ਕੋਲਡ ਡਰਿੰਕ ਵਾਲੀ ਦੁਕਾਨ ਵੱਖਰੀ, ਕੌਫੀ ਵਾਲੀ ਵੱਖਰੀ, ਜੂਸ ਵਾਲੀ ਵੱਖਰੀ ਆ। ਔਡਰ ਵਗੈਰਾ ਜਿਹੜਾ ਵਾ ਉਹ ਤੁਸੀਂ ਜੇ ਪਕੌੜੇ ਵਗੈਰਾ ਖਾਣੇ ਆ ਤਾਂ ਉਹ ਆਰਡਰ ਅਲੱਗ ਦਿੱਤਾ ਜਾਂਦਾ ਵਾ। ਅਤੇ ਵਧੀਆ ਸਿਸਟਮ ਤਿਆਰ ਕੀਤਾ ਆ, ਅਤੇ ਮਹਿੰਗਾ ਬਹੁਤ ਜ਼ਿਆਦਾ ਵਾ ਜੇ ਗੱਲ ਕਰੀਏ ਤਾਂ, ਬਹੁਤ ਜ਼ਿਆਦਾ ਮਹਿੰਗਾ ਵਾ। ਅਤੇ ਫਰੈਂਡਸ ਜਿਵੇਂ ਕਹਿੰਦੇ ਆ ਕਿ ਇਹ ਦੁਨੀਆ ਦੇ ਵਾਰ ਵਾਰ ਨਹੀਂ ਬੰਦੇ ਨੇ ਆਉਣਾ, ਅਤੇ ਇੱਕ ਵਾਰ ਆਉਂਦੇ ਘੁੰਮ ਫਿਰ ਲੈਣਾ ਚਾਹੀਦਾ ਵਾ ਜ਼ਿੰਦਗੀ ਦੇ ਵਿੱਚ। ਆਪਾਂ ਵੀ ਘੁੰਮਦੇ ਫਿਰਦੇ ਰਹਾਂਗੇ, ਨਾਲ ਦੀ ਨਾਲ ਤੁਹਾਨੂੰ ਵੀ ਘੁੰਮਾਵਾਂ ਫਿਰਾਵਾਂਗੇ। ਜਿਵੇਂ ਤੁਸੀਂ ਵੇਖ ਸਕਦੇ ਟਾਂਗਾ, ਟਾਂਗਾ ਆ ਗਿਆ ਵਾ ਸਾਹਮਣੇ। ਹੁਣ ਤਾਂ ਲੋਕ ਨਹੀਂ ਯੂਜ਼ ਵਗੈਰਾ ਕਰਦੇ, ਬਹੁਤ ਘੱਟ ਵੇਖਣ ਨੂੰ ਮਿਲਦਾ ਵਾ। ਅਤੇ ਜਿਵੇਂ ਬਹੁਤ ਘੈਂਟ ਘੈਂਟ ਸਿਸਟਮ ਲਾਇਆ ਗਿਆ ਵਾ, ਜਿਵੇਂ ਆ ਟਵਿਸਟਿੰਗ ਸਕੂਪਸ, ਟਵਿਸਟਿੰਗ ਸਕੂਪਸ ਦੇ ਸਾਹਮਣੇ ਆ ਗਏ ਆ, ਅਤੇ ਵੇਹਣੇ ਕੀ ਕਰਦੇ ਆ। ਕੋਠੇ ਵਾਲਾ ਸਪੀਕਰ ਮਿੱਤਰੋ ਸਾਹਮਣੇ ਲੱਗਾ ਆ, ਅਤੇ ਬੜੀ ਮਤਲਬ ਅਲੱਗ ਜੀ ਯੂਨੀਕ ਜੀ ਵੋਲਿਊਮ ਆ ਰਹੀ। ਅਤੇ ਜਿਵੇਂ ਪੰਜਾਬੀ ਸੱਭਿਆਚਾਰ ਕਿੱਧਰ ਖੜ੍ਹਾ ਆ, ਇਹ ਤਿਆਰੀ 'ਚ ਆ ਮੁੰਡੇ ਭੰਗੜਾ ਪਾਉਣ ਨੂੰ। ਅਤੇ ਜਿਵੇਂ ਵੱਧਦੇ ਅੱਗੇ ਅੱਗੇ ਤੁਸੀਂ ਵੇਖ ਸਕਦੇ ਆ ਗੱਡੀਆਂ ਖਲੋਤੀਆਂ ਪਾਰਕਿੰਗ 'ਚ, ਗੱਡੀਆਂ ਪਾਰਕਿੰਗ 'ਚ ਖਲੋਤੀਆਂ ਵਾ। ਇਹਦੇ ਅਲੱਗ ਅਲੱਗ ਟਿਕਟ ਪ੍ਰਾਈਜ਼ ਆ ਜਿਵੇਂ ਟਾਈਮਿੰਗ ਦੇ ਹਿਸਾਬ ਨਾਲ ਆ, ਅਤੇ 50 ਰੁਪਏ ਇੱਕ ਬੱਚੇ ਦੇ, 5 ਮਿੰਟ ਮਿਲਦੇ ਆ ਬੱਚੇ ਨੂੰ ਖੇਡਣ ਵਾਸਤੇ। ਵੱਧਦੇ ਅੱਗੇ ਜਿਸ ਨੂੰ ਕੰਮ ਦਾ ਤਰੀਕਾ ਉਹਦੇ ਉਹਦਾ ਇੱਥੇ ਅਮਰੀਕਾ, ਅਤੇ ਅੱਜ ਉਹ ਵੇਹਣੇ ਆ ਭੂੰਡ। ਜੇ ਸੜਕ ਸਮੁੰਦਰ 'ਤੇ ਬਣ ਜਾਵੇ ਤੇਰਾ ਯਾਰ ਇੰਗਲੈਂਡ ਤੋਂ ਬਾਈ ਰੋਡ ਆਏ, ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ, ਪਿੰਡ ਦੀਆਂ ਗਲੀਆਂ ਸ਼ੁਰੂ ਹੋ ਗਈਆਂ। ਅਤੇ ਫਰੈਂਡਸ ਵਿਖਾਉਂਦੇ ਆ ਤੁਹਾਨੂੰ ਪਿੰਡ ਦੀਆਂ ਗਲੀਆਂ, ਆ ਜਾਓ। ਨੋ ਐਡਮਿਸ਼ਨ, ਚੌਧਰੀ ਨਸੀਬ ਚੰਦ, ਸੂਬੇਦਾਰ ਕਸ਼ਮੀਰ ਸਿੰਘ। ਮੈਨੂੰ ਆਪਣੇ ਬਾਪੂ ਦੀ ਯਾਦ ਆ ਗਈ, ਬਾਪੂ ਦਾ ਨਾਮ ਹੀ ਕਸ਼ਮੀਰ ਸਿੰਘ। ਜਿਵੇਂ ਫਰੈਂਡਸ ਆਪਾਂ ਪਹਿਲਾਂ ਵੀ ਵਲੋਗ ਘੈਂਟ ਘੈਂਟ ਬਣਾ ਚੁੱਕੇ ਹਾਂ, ਵਿਊ ਵਿਖਾ ਚੁੱਕੇ ਹਾਂ, ਅਤੇ ਅੱਜ ਤਾਂ ਆਪਾਂ ਫਨ ਸ਼ਨ ਲਈ ਆਏ ਸੀ, ਫ੍ਰੀ ਸੀ ਤਾਂ ਮੈਂ ਕਿਹਾ ਕਿ ਚਲੋ ਵਲੋਗ ਬਣਾ ਆਈਏ, ਜਿਵੇਂ ਆਪਾਂ ਵਜਨ ਕੀਤੇ ਸੀ ਤੁਹਾਡੇ ਨਾਲ ਕਿ ਆਪਾਂ ਵਲੋਗ ਲੈ ਕੇ ਆਉਂਦੇ ਰਹਾਂਗੇ। ਅਤੇ ਮੈਂ ਸੋਚਿਆ ਕਿ ਚਲੋ ਅੱਜ ਟਾਈਮ ਕੱਢ ਕੇ ਸੈਟਰਡੇ ਹੀ ਵਲੋਗ ਬਣਾ ਕੇ ਆਈਏ। ਤਾਂ
ਇਹੀ ਵਲੌਗ ਨਹੀਂ ਆਪਾਂ ਅੱਗੇ ਜੰਡਿਆਲੇ ਦੇ ਵਿੱਚ ਉਹ ਜਹਾਜ਼ ਵਾਲਾ ਰੈਸਟੋਰੈਂਟ ਜਿਹੜਾ ਵਾ ਉੱਥੇ ਵੀ ਆਪਾਂ ਜਾਵਾਂਗੇ। ਉੱਥੇ ਅੱਜ ਨਹੀਂ, ਉੱਥੇ ਆਪਾਂ 1-2 ਦਿਨ ਰੁਕ ਕੇ ਅਤੇ ਫਿਰ ਜਾਵਾਂਗੇ। ਅਗਲਾ ਵਲੌਗ ਜਿਹੜਾ ਆਪਣਾ ਉਹੀ ਹੋਣ ਵਾਲਾ ਵਾ ਹਵਾਈ ਜਹਾਜ਼ ਵਾਲਾ ਰੈਸਟੋਰੈਂਟ। ਅਤੇ ਵੱਧਦੇ ਆਪਾਂ ਅੱਗੇ ਹੁਣ। ਕਿੱਕਲੀ ਪਾਉਂਦੀਆਂ ਹੀ ਆ ਬੀਬੀਆਂ, ਬੀਬੀਆਂ ਕਹਿੰਦੇ ਸਾਡੇ ਵੱਲ ਮਾਝੀ ਹੈ। ਮਾਝੀ ਦੇ ਵਿੱਚ ਮਤਲਬ ਆਪਾਂ ਗੱਲਬਾਤ ਕਰਦੇ ਹਾਂ, ਸਾਡੀ ਭਾਸ਼ਾ ਹੀ ਮਾਝੀ ਆ, ਮਾਝੇ ਤੋਂ ਬਿਲੋਂਗ ਕਰਦੇ ਹਾਂ ਅਤੇ ਤਾਂ ਕਰਕੇ। ਅਤੇ ਆਹ ਵੀਰ ਬੈਠਾ ਵਾ, ਕਿੱਦਾਂ ਵੀਰ, ਕੀ ਕੱਢਦੇ ਲੱਗਾ? ਜਾਦੂ ਮੈਜਿਕ? ਕੀ ਮੈਜਿਕ ਕਰਦੇ ਜੀ? ਅੱਛਾ, ਕੈਸਾ ਮੈਜਿਕ, ਕੈਸਾ ਕਰਨ ਵਾਲੇ ਹੋ? ਗਾਇਬ ਨਾ ਕਰ ਦੇਣਾ ਯਾਰ। ਸਾਪ ਨਾ ਕੱਢ ਕੇ ਬਹਿ ਜੀ। ਕੀ ਹੈ? ਕਬੂਤਰ ਕੇ ਬੱਚੇ ਹੈ? ਕਹਾਂ ਹੈ ਉਸਮੇ? ਅੱਛਾ, ਤੋ ਜਾਦੂ ਕਿਆ ਕਰਨੇ ਵਾਲੇ ਹੋ? ਦੇਖੋ ਵੀ ਦਿਖਾਏਗੇ। ਦੇਖੋ ਹੱਥ ਮੇਰਾ ਖਾਲੀ ਹੈ। ਖਾਲੀ ਹੈ? ਜੋਇਨ ਪੇ ਔਰ ਅਤੇਲੀ ਪੇ। ਇਸੀ ਇਹ ਮਿੱਟੀ ਲੈਣੀ ਹੈ, ਉਧਰ ਹੀ ਝੜਕਾਏਗੇ। ਹਾਂ, ਲੈ ਕੇ ਆਓ। ਆਲ ਰਾਈਟ। ਇਹ ਦੇਖੋ ਜੀ, ਇੱਕ ਬਣਾ ਹੈ, 10 ਕਾ ਹੈ। ਤੇ ਯਾਰ ਮੈਂ ਤੈਨੂੰ ਪੈਸੇ ਦਿੰਦਾ, ਹੋਰ ਉਹ ਆਵਾ ਸਾਰੇ ਕਰ ਦੇ। ਹੈਂ, ਆਪ ਇਸਕੇ 2 ਬਣੇਗੇ। ਦੇਖੋ ਡਬਲ ਡਬਲ 20 ਰੁਪਏ ਬਣੇਗੇ ਇਸਕੇ ਵੀ। ਅਰੇ ਤੂੰ ਤੋ ਫਿਰ ਹੇਰਾ ਫੇਰੀ ਵਾਲਾ ਕੰਮ ਕਰਦੇ ਲੱਗ। ਔਰ ਆਪਕੀ ਨਜ਼ਰ ਮੇ ਆ ਜਾਏ ਮੈਂ ਪਤਾ ਨਾ 2 ਕੈਸੇ ਬਣੇਗੇ ਜੀ, ਪੂਰਾ ਨਹੀਂ। ਚਲੋ 2 ਹੋ ਗਿਆ, 2 ਬਣ ਗਿਆ, 2 ਹੋ ਗਿਆ, 2 ਬਣ ਗਿਆ। ਅਰੇ ਵੀ ਇੱਕ ਇੱਕ, ਅਰੇ ਇਸਮੇ ਨਹੀਂ ਹੈ ਵੀ ਇੱਕ, ਔਰ ਇਧਰ ਵੀ ਨਹੀਂ। ਬਹੁਤ ਜੋ ਹਮਨੇ ਇਸੇ ਕਰਕੇ ਔਰ ਇਸੇ ਛੋਟੇ ਮੇ ਹਰ ਡਾਲਾ ਤੋ ਆਪਕੋ ਧੋਖਾ ਲਗਿਆ। ਆਪਨੇ ਸੋਚਿਆ ਝੋਲੇ ਸੇ 2 ਬਣਾ, ਝੋਲੇ ਕੋ ਇਧਰ ਨਾ ਸੇ 1 ਲਾਓ, ਜ਼ਿਆਦਾ ਲੈ ਕੇ ਆਓ ਜਰਾ। ਯਾਰ ਤੂੰ ਤੇ ਐਂਡ ਹੀ ਕਰਾ ਦੀ ਆ, ਪੈਸਾ ਡਬਲ ਹੋ ਜਾਏਗਾ। 500 ਦਾ ਵੀ ਡਬਲ ਕਰ ਦੂੰ। ਇਹ ਤਾਂ ਹੁੰਦਾ ਲਿਆ। ਇਹ ਦੇਖੋ 2 ਕਟੋਰੀ, 3 ਗੋਲੇ ਕਪੜੇ ਕੀ, ਦੇਖੋ 1 2 3 ਇਹ ਵਾਲੀ ਬੋਲ ਇਧਰ ਬੰਦ ਔਰ ਇਸਕੀ ਇਧਰ ਬੰਦ ਔਰ ਇਹ ਮੇਰੀ ਮੁੱਠੀ ਮੇ ਬੰਦ ਹੈ, ਇਹ ਗਈ ਗਈ, ਇਹ ਵੀ ਗਈ, ਇਸਮੇ 3 ਬੜੀ ਐਂਡ ਕਰਾਉਣਾ ਯਾਰ ਤੂੰ। ਆਪ ਦੇਖੋ ਇਹ ਜਾਨਵਰ ਦਾ ਬੱਚਾ ਲੈ ਜਾਦੂ ਕੀ ਦੇਂਗੇ, ਲੋ ਇਧਰ ਛੋੜ ਦੇਂ ਕਿ ਇਧਰ ਨਹੀਂ, ਜਿੱਧਰ ਮਰਜ਼ੀ ਛੋੜ ਦੇ, ਹਮਾਰੇ ਉੱਪਰ ਨਾ ਫੇਂਕਣਾ। ਪਹਿਲਾਂ ਸੋ ਉੱਧਰ ਹੀ ਆਓ ਜਰਾ, ਦੇ ਜਾਏ ਤੁਝੇ ਇਨਾਮ ਕੋ, ਇਸ ਕੋ ਨਾ ਮਾਰ ਦੇ, ਇਸ ਕੇ 2 ਬਣਾ ਦੇ। ਨਹੀਂ ਯਾਰ ਮਾਰਨਾ ਕਿਉਂ ਹੈ, 2 ਬਣਾ ਕੇ ਉਡਾ ਦੇ, ਇਸ ਕੋ ਉਡਾ ਦੇ। 2 ਹੋ ਗਏ, ਬਸ। ਉਹ ਜੀ ਪੰਡਿਤ ਕਾਲੀ ਚਰਨ, ਪੰਡਿਤ ਜੀ ਨਮਸਕਾਰ। ਚਲੋ ਜੀ, ਪੰਡਤਾਂ ਪੰਡਤਾਂ ਦੇ ਚੱਕਰਾਂ 'ਚ ਨਹੀਂ ਪੈਣਾ ਚਾਹੀਦਾ। ਆਓਗੇ ਪੰਡਿਤ ਅਸਲੀ, ਟੇਲਰ ਮਾਸਟਰ ਮਾਲਕ ਸਰਦੂਲ ਸਿੰਘ, ਇਹ ਵੀ ਅਸਲੀ ਭਾ ਦਿੰਦੇ। ਚਲੋ ਜੀ, ਇੰਨਾ ਕੁ ਆਪਾਂ ਘੁੰਮ ਕੇ ਆ ਕੇ ਅਤੇ ਫਿਰ ਆਪਾਂ ਚਾਹ ਪੀਂਦੇ ਹਾਂ, ਜਾ ਕੇ ਚਾਹ ਪੀ ਕੇ ਅਤੇ ਫਿਰ ਬਾਕੀ ਦੀਆਂ ਗੱਲਾਂ ਆਪਾਂ ਬਾਅਦ 'ਚ ਕਰਾਂਗੇ। ਸੋਨੇ ਦੇ ਗਹਿਣੇ, ਸੋਨੇ ਦੀ ਤਾਂ ਗੱਲ ਹੀ ਨਾ ਕਰੋ, ਆ ਜਾਓ। ਆ ਗਿਆ ਜੀ ਡਾਕਖਾਨੇ ਵਾਲਾ ਵਿਚਾਰਾ, ਇੱਥੇ ਰਹਿੰਦਾ ਹੁਣ।
ਇਹਨਾਂ ਦਾ ਤਾਂ ਕੰਮ ਖਤਮ ਕਰਤਾ ਵਾ ਮੋਬਾਈਲਾਂ ਨੇ, ਕਿਧਰੇ ਟੈਲੀਗ੍ਰਾਮ ਆ ਗਿਆ, ਕਿਧਰੇ ਵਟਸਐਪ ਆ ਗਿਆ, ਕੁਝ ਨਾ ਕੁਝ ਆ ਹੀ ਗਿਆ। ਵੱਡਿਆਂ ਦਾ ਆਦਰ ਕਰੋ, ਵਿੱਦਿਆ ਵਿਚਾਰੀ ਤਾਂ ਪਰਉਪਕਾਰੀ। ਮੈਂ ਨਾ ਪੂਰੀ ਆਦਤ ਕਰਾਈ ਗਈ ਆ, ਮਤਲਬ ਜਿਵੇਂ ਇਹ ਸਰਕਾਰੀ ਸਕੂਲ ਵਾਲਾ ਸਿਸਟਮ ਬਣਾਇਆ ਗਿਆ ਵਾ, ਜਿਵੇਂ ਭੈਣ ਜੀ ਬੈਠੀ ਆ ਅਤੇ ਬੱਚੇ ਵੀ ਬੈਠੇ ਆ, ਕਿ ਇੱਦਾਂ ਚਾਟ ਵਗੈਰਾ ਲਾ ਕੇ ਮਤਲਬ ਬਹਿੰਦੇ ਰਹੇ, ਅਸੀਂ ਆਪ ਬਹਿੰਦੇ ਰਹੇ ਹਾਂ, ਅਤੇ ਇੱਦਾਂ ਬੈਗ ਵਗੈਰਾ ਰੱਖ ਲੈਣੇ ਨਾਲ, ਅਤੇ ਵਧੀਆ ਜ਼ਿੰਦਗੀ। ਬਚਪਨ ਬਹੁਤ ਘੈਂਟ ਹੁੰਦਾ ਵਾ, ਅਤੇ ਬਚਪਨ ਐਂ ਜਾਂਦਾ ਵਾ ਜਿੱਦਾਂ ਹੱਥ 'ਚੋਂ ਜਿਵੇਂ ਕੋਈ ਡੋਰ ਨਿਕਲ ਜਾਂਦੀ ਹੈ, ਇੱਦਾਂ ਬਚਪਨ ਲੰਘਦਾ ਵਾ। ਇਹਨਾਂ ਚੀਜ਼ਾਂ ਦਾ ਆਪਾਂ ਨੂੰ ਬਾਅਦ 'ਚ ਪਤਾ ਲੱਗਦਾ ਵਾ ਜਦੋਂ ਬੰਦਾ ਘਰ ਗ੍ਰਹਿਸਤੀ 'ਚ ਪੈ ਜਾਂਦਾ ਹੈ। ਅਤੇ ਚਲੋ ਜ਼ਿਆਦਾ ਫੀਲਿੰਗ ਨਹੀਂ ਲੈਣੀ, ਆਪਾਂ ਚੱਲੀਏ ਅੱਗੇ। ਲੈ ਬਈ ਮਿੱਤਰੋ, ਤੁਸੀਂ ਮੇਰੇ ਮਗਰ ਦੇਖ ਲਓ, ਪੂਰੀ ਚੜ੍ਹਦੀ ਕਲਾ ਵਾਲੇ ਆਏ ਆ ਵੀਰ, ਐਂਡ ਕਰਾ ਰਹੇ ਆ, ਬੱਲੇ ਬੱਲੇ ਹੋ ਗਈ ਆ, ਗੱਲਾਂ ਬਾਤਾਂ ਹੀ ਗਾਹ ਨਹੀਂ ਆ ਵਾ। ਚਲੋ ਮੁੰਡਿਓ ਪੀਏ ਚਾਹ, ਹੁਣ ਆਪਾਂ ਚਾਹ ਵਗੈਰਾ ਪੀਂਦੇ ਹਾਂ, ਅਤੇ ਨਾਲ ਦੀ ਨਾਲ ਤੁਹਾਨੂੰ ਫੋਟੋ ਸਟੂਡੀਓ ਵਿਖਾਉਣੇ ਆ ਜਾਓ। ਅਤੇ ਹਾਂਜੀ ਮਿੱਤਰੋ, ਇੱਥੇ ਫੋਟੋ ਸ਼ੂਟ ਕਰ ਸਕਦੇ ਹਾਂ ਤੁਸੀਂ, ਘੈਂਟ ਘੈਂਟ ਫੋਟੋਆਂ ਆਉਂਦੀਆਂ ਵਾ, ਅਤੇ ਗੱਲਾਂ ਬਾਤਾਂ ਹੀ ਗਾਹ ਨਹੀਂ ਆ ਵਾ। ਅਤੇ ਆਹ ਵਾ ਪਤਾ ਨਹੀਂ ਕਿਹੜੀ ਫਿਲਮ ਦਾ ਵਾ ਜਗਾੜ ਬਣਾਇਆ, ਅਤੇ ਇੱਕ ਫਿਲਮ ਦੇ ਵਿੱਚ ਵਿਖਾਇਆ ਸੀ ਆ ਲਾ ਕੇ, ਅਤੇ ਬਸ ਆ ਭੂਤ ਜਿਹਾ ਡਾ ਦਾ ਅੱਗੇ, ਅਤੇ ਵੱਧਦੇ ਹਾਂ ਅੱਗੇ। ਮੈਸੀ 1035 DDI, ਮਤਲਬ ਪੂਰੀ ਅੱਤ ਕਰਾਈ ਹੈ ਮੈਸੀ ਦੀ। ਅਤੇ ਗਰਮੀ ਬੜੀ ਆ, ਮਰੋੜਾ ਜਿਹਾ ਲੱਗਾ ਵਾ ਪੂਰਾ, ਸਾਉਣ ਮਹੀਨੇ ਦਾ ਮਤਲਬ ਪਤਾ ਲੱਗਦਾ ਆ ਕਿ ਮਹੀਨਾ ਸਾਉਣ ਕੱਢਿਆ ਵਾ, ਅਤੇ ਸਵੇਰੇ ਤਾਂ ਮੀਂਹ ਪੈ ਕੇ ਹਟਿਆ ਵਾ, ਅਤੇ ਹੁਣ ਮਰੋੜਾ ਜਿਹਾ ਬਹੁਤ ਲੱਗਾ ਵਾ। ਬਾਕੀ ਕੋਈ ਨਹੀਂ, ਲੱਗੇ ਆ ਪੱਖੇ ਪੁੱਖੇ, ਆਪਾਂ ਲਾਉਣੇ ਆ ਹਿਸਾਬ ਕਿਤਾਬ ਇਹਨਾਂ ਦਾ ਵੀ। ਅਤੇ ਬਾਕੀ ਹੁਣ ਚਾਹ ਪੀਂਦੇ ਹਾਂ, ਚਾਹ ਬਣੀ ਆ ਆਪਣੀ, ਤਿਆਰ ਆ, ਵਾਜਾ ਮਾਰਨ ਦੇ ਆਉਂਦੇ, ਆ ਜਾਓ ਚਾਹ ਪੀ ਲਓ। ਚਲੋ ਆਓ ਪੀਏ ਚਾਹ। ਕਿੰਨਾ ਟਾਈਮ ਲੱਗੂਗਾ? 2 ਮਿੰਟ ਲੱਗੂ। 2 ਮਿੰਟ ਅਤੇ ਚਾਹ? ਪਕੌੜੇ ਉਧਰੋਂ। ਅਤੇ ਬਾਕੀ ਮਿੱਤਰੋ ਕੋਲਡ ਡਰਿੰਕ ਦੀ ਗੱਲ ਕਰਦਾ ਵਾ, 140 ਰੁਪਏ ਦੀਆਂ 2 ਕੋਲਡ ਡਰਿੰਕ ਕੈਨ ਵਾਲੀਆਂ ਆਈਆਂ ਸੀ, ਅਤੇ ਚਾਹ ਆਈ ਆ 260 ਰੁਪਏ ਦੀ, ਚਾਹ ਨਾਲ ਮਤਲਬ ਪਕੌੜੇ ਆ, ਅਤੇ ਕੁਝ ਜ਼ਿਆਦਾ ਮਹਿੰਗਾ ਬਣੀ ਆ ਜੇ ਗੱਲ ਕਰੀਏ, ਜੇ ਘੁੰਮਣ ਫਿਰਨ ਆਉਣਾ, ਇੰਜੋਇਮੈਂਟ ਕਰਨਾ ਵਾ। ਬਾਕੀ ਚਾਹ ਮੈਂ ਲੈਣ ਦੀ, ਪਕੌੜੇ ਮੇਰਾ ਭਰਾ ਲੈ ਕੇ ਆ ਗਿਆ ਵਾ, ਅਤੇ ਖਾਂਦੇ ਪੀਂਦੇ ਹਾਂ ਅਤੇ ਕਰਦੇ ਹਾਂ ਗੱਲਾਂ ਆਪਾਂ ਤੁਹਾਡੇ ਨਾਲ ਦੀ ਨਾਲ, ਨਾਲ ਤੁਹਾਨੂੰ ਵਿਊ ਵਿਖਾਉਣੇ ਆ। ਹਾਂਜੀ ਮਿੱਤਰੋ, ਜਿਵੇਂ ਤੁਹਾਨੂੰ ਮੈਂ ਕਿਹਾ ਸੀ ਕਿ ਆਪਾਂ ਮਹਿਮਾਨਾਂ ਦੀ ਤਰ੍ਹਾਂ ਜਾਵਾਂਗੇ, ਖਰਚਾ ਭਾਵੇਂ ਆਪਾਂ ਕੋਲੋਂ ਕਰੀਏ, ਅਤੇ ਚਾਹ ਵਗੈਰਾ ਲੈ ਆਏ ਹਾਂ, ਅਤੇ ਚਾਹ 'ਚ ਮਿੱਠਾ ਘੱਟ ਆ, ਅਤੇ ਆਪਾਂ ਮਿੱਠਾ ਵੱਧ ਕਰੀਏ ਚਾਹ ਦੇ ਵਿੱਚ। ਜਿਵੇਂ ਤੁਹਾਨੂੰ ਦੱਸਿਆ ਸੀ, ਪਕੌੜੇ ਪਨੀਰ ਵਾਲੇ, ਪਨੀਰ ਟਿੱਕਾ ਵਗੈਰਾ ਜੋ ਵੀ ਆ, ਹੈ ਨਾ, ਅਤੇ ਉਹ ਲੱਗੇ ਆਪਾਂ ਖਾਣ, ਅਤੇ ਬਾਕੀ ਖਾ ਪੀ ਕੇ ਬਾਕੀ ਦੀਆਂ ਗੱਲਾਂ ਤੁਹਾਡੇ ਨਾਲ ਕਰਾਂਗੇ ਬਾਅਦ ਵਿੱਚ, ਬਣੇ ਵੀਡੀਓ ਦੇ ਨਾਲ ਐਂਡ ਤੱਕ, ਅਤੇ ਖਾਂਦੇ ਪੀਂਦਿਆਂ ਦੀਆਂ ਵਿਊ ਵਿਖਾਉਣੇ ਤੁਹਾਨੂੰ। ਹਾਂਜੀ ਮਿੱਤਰੋ, ਮਨਪ੍ਰੀਤ ਕਹਿ ਰਿਹਾ ਵਾ ਕਿ ਗਰਮੀ ਬੜੀ ਲੱਗ ਰਹੀ ਆ ਬਾਹਰ, ਅਤੇ ਇੱਕ ਵਾਰੀ ਆਪਾਂ ਵਾਸ਼ਰੂਮ ਦੇ ਵਿੱਚ ਜਾਈਏ, ਕਿਉਂਕਿ ਉੱਥੇ AC ਵਗੈਰਾ ਲੱਗੀ, ਕੂਲਿੰਗ ਆਉਣ ਡੀ ਆ, ਕਹਿੰਦਾ ਠੰਡਾ ਜਾਵਾ, ਅਤੇ ਆਪਾਂ ਉੱਥੇ ਜਾ ਆਈਏ, ਅਤੇ ਵਾਸ਼ਰੂਮ ਚੱਲੇ ਹਾਂ ਹੁਣ। ਭੀੜ ਵਾਹਵਾ ਜ਼ਿਆਦਾ ਆ ਬਾਥਰੂਮ ਦੇ ਵਿੱਚ, ਮੈਨੂੰ ਲੱਗਦਾ ਕੂਲਿੰਗ ਦਾ ਕਰਕੇ ਭੀੜ ਜ਼ਿਆਦੀ ਆ। ਬਾਕੀ ਸੀਰੀਅਸਲੀ ਬਾਹਰੋਂ ਆ ਕੇ ਮਤਲਬ ਗਰਮੀ ਦੇ ਵਿੱਚੋਂ ਆ ਕੇ ਠੰਡ ਜੀ ਪਈ ਆ,
ਮੈਨੂੰ ਲੱਗਦਾ ਉਹਨਾਂ ਨੂੰ ਪਤਾ ਲੱਗ ਗਿਆ ਵਾ ਲੈਣਾ ਜੀ। ਬਾਕੀ ਲੰਚ ਤੇ ਕਰਨਾ ਨਹੀਂ ਆ, ਚਾਹ ਪਕੌੜੇ ਖਾਧੇ ਆ ਤੇ ਭੁੱਖ ਨਹੀਂ ਆ। ਸਤਿ ਸ਼੍ਰੀ ਅਕਾਲ ਜੀ, ਹੋਰ ਸ਼ਾਹ ਜੀ ਤੇ ਨਾਲ ਦਾ ਮੇਰਾ ਕਹਿੰਦਾ ਵਾ ਕਿ ਭਾਅ ਜੀ ਅੰਦਰ ਤੇ ਗੇੜਾ ਮਾਰ ਕੇ ਆਈਏ, ਨਾਲੇ ਵਿਖਾ ਆਈਏ ਵੀਰਾਂ ਨੂੰ ਅੰਦਰ। ਤੇ ਮੈਂ ਕਿਹਾ ਚੱਲ ਫਿਰ ਚੱਲੀਏ ਅੰਦਰ। ਹੋਰ ਠੀਕ ਠਾਕ ਜੀ, ਤਾਰੇ ਦੀ ਗੱਡੀ, ਗੱਬਰ ਵਾਲਾ ਗਦਰ ਵਾਲਾ ਤਾਰਾ ਤਾਰਾ ਸਿੰਘ। ਅੰਦਰ ਆ ਕੇ ਤੇ ਮਾਣ ਹੀ ਖੁਸ਼ ਹੋ ਜਾਂਦਾ ਵਾ, ਮਤਲਬ ਬਹੁਤ ਸੋਹਣੀ ਡਿਜ਼ਾਇਨਿੰਗ ਕੀਤੀ ਗਈ ਆ। ਤੁਸੀਂ ਆਓ, ਵਿਜ਼ਿਟ ਕਰੋ ਇੱਕ ਵਾਰ ਇੱਥੇ ਆ ਕੇ। ਅਤੇ ਹਾਂਜੀ ਫਰੈਂਡਸ, ਕਿਵੇਂ ਦਾ ਲੱਗਾ ਇਹ ਵਲੋਗ ਕਮੈਂਟ ਕਰਕੇ ਦੱਸਣਾ। ਹੋਰ ਘੈਂਟ ਘੈਂਟ ਵਲੋਗ ਦੇਖਣ ਲਈ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਅਗਲਾ ਵਲੋਗ ਆਪਾਂ ਲੈ ਕੇ ਆਵਾਂਗੇ ਹਵਾਈ ਜਹਾਜ਼ ਵਾਲੇ ਰੈਸਟੋਰੈਂਟ ਦਾ, ਅਤੇ ਮਿਲਾਂਗੇ ਹੁਣ ਤੁਹਾਨੂੰ ਮੰਗਲਵਾਰ ਨੂੰ। ਕਰਕੇ ਦੱਸਣਾ, ਵੀਡੀਓ ਚੰਗੀ ਲੱਗੇ ਵੀਡੀਓ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਅੱਜ ਲਈ ਇੰਨਾ ਹੀ, ਮਿਲਾਂਗੇ ਕਿਸੇ ਨਵੇਂ ਵਲੋਗ ਦੇ ਵਿੱਚ। ਰੱਬ ਰਾਖਾ।